ਸਾਨੂੰ ਅੱਜ ਸ਼ਾਮੀ ਤਕਰੀਬਨ 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋਂ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ। ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ। ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਛ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ, ਪ੍ਰੈਸ਼ਰ ਟਾਈਪ ਬਲਾਸਟ ਛੋਟਾ ਇੱਥੇ ਹੋਇਆ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਏ ਸੀ ਉਹਨਾਂ ਦਾ ਨੁਕਸਾਨ ਹੋਇਆ। ਅੱਗੇ ਦੀ ਤਫਤੀਸ਼ ਜਾਰੀ ਹੈ। CFSL ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ, ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹਾਂ, ਸਾਡੀ ਟੀਮਜ਼ ਉੱਥੇ ਲੱਗੀਆਂ ਹੋਈਆਂ, ਸਾਡੇ ਆਫੀਸਰਸ ਇੱਥੇ ਹੈ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਦੱਸਾਂਗੇ। ਉਹ ਹਲੇ ਤਫਤੀਸ਼ ਦਾ ਵਿਸ਼ਾ ਹੈ ਜੀ ਸਾਰਾ, ਜੋ ਓਨਰਸ ਹੈ, ਟੈਨੈਂਟਸ ਹੈ, ਪਾਸਟ ਟੈਨੈਂਟਸ, ਪਾਸਟ ਓਨਰਸ ਹੈ, ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ, ਆਟੋ ਜੇ ਆਇਆ ਮੈਮ, ਆਟੋ ਆਇਆ ਸਸਪੈਕਟਡ, ਉਹਦੇ ਚ ਹੁਣ ਇਨਵੈਸਟੀਗੇਸ਼ਨ? ਕੰਪਲੇਨੈਂਟ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ। ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ ਚ ਹੀ ਬੈਠੇ ਸੀ, ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੋਂ ਆਟੋ ਐਬਸਕੌਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ। ਉਹ ਜੀ ਹਲੇ ਤਫਤੀਸ਼ ਦਾ ਵਿਸ਼ਾ, ਹਲੇ ਲੰਬੀ ਗੱਲ ਹੈ ਉਹ, ਹਲੇ ਸਾਰਾ ਅਸੀਂ ਕੰਪਲੇਨਰ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਮ ਬਲਾਸਟ ਹੈਜ਼ ਹੈਪਨਡ, ਵਾਟ ਇਜ਼ ਦਾ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ। CFSL ਦੀ ਟੀਮਸ ਇੱਥੇ ਆ ਗਈਆਂ, ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ। ਇਨੀਸ਼ੀਅਲ ਇਨਵੈਸਟੀਗੇਸ਼ਨ ਮੈਂ ਕੋਈ ਅਭੀ ਤੱਕ ਕੀ ਗੱਲ ਨਿਕਲ ਕਰ ਸਾਹਮਣੇ ਆਈ ਹੋਵੇ ਇਸ ਤਰ੍ਹਾਂ ਦੀ? ਨਹੀਂ, ਇਹ ਜਿਹੜੀ ਮੈਂ ਦੱਸੀਆਂ ਜੀ ਉਹੀ ਗੱਲਾਂ ਹੈ ਸਾਰੀਆਂ। ਤੇ ਹਜੇ ਕੋਈ ਜਾਨੀ ਨੁਕਸਾਨ ਤਾਂ ਮੈਮ? ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ, ਪ੍ਰਾਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ, ਉਹ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਤੇ ਅੱਗੇ ਅਸੀਂ ਦੇਖ ਰਹੇ ਹਾਂ। ਸਾਨੂੰ ਅੱਜ ਸ਼ਾਮੀ ਤਕਰੀਬਨ 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋਂ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ। ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ। ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਛ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ, ਪ੍ਰੈਸ਼ਰ ਟਾਈਪ ਬਲਾਸਟ ਛੋਟਾ ਇੱਥੇ ਹੋਇਆ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਏ ਸੀ ਉਹਨਾਂ ਦਾ ਨੁਕਸਾਨ ਹੋਇਆ। ਅੱਗੇ ਦੀ ਤਫਤੀਸ਼ ਜਾਰੀ ਹੈ। CFSL ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ, ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹਾਂ, ਸਾਡੀ ਟੀਮਜ਼ ਉੱਥੇ ਲੱਗੀਆਂ ਹੋਈਆਂ, ਸਾਡੇ ਆਫੀਸਰਸ ਇੱਥੇ ਹੈ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਦੱਸਾਂਗੇ। ਕਿਹਨਾਂ ਦਾ ਘਰ ਹੈ? ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ। ਉਹ ਹਲੇ ਤਫਤੀਸ਼ ਦਾ ਵਿਸ਼ਾ ਹੈ ਜੀ ਸਾਰਾ, ਜੋ ਓਨਰਸ ਹੈ, ਟੈਨੈਂਟਸ ਹੈ, ਪਾਸਟ ਟੈਨੈਂਟਸ, ਪਾਸਟ ਓਨਰਸ ਹੈ, ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ, ਆਟੋ ਜੇ ਆਇਆ ਮੈਮ, ਆਟੋ ਆਇਆ ਸਸਪੈਕਟਡ, ਉਹਦੇ ਚ ਹੁਣ ਇਨਵੈਸਟੀਗੇਸ਼ਨ? ਕੰਪਲੇਨਰ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ। ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ ਚ ਹੀ ਬੈਠੇ ਸੀ, ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੋਂ ਆਟੋ ਐਬਸਕੌਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ। ਉਹ ਜੀ ਹਲੇ ਤਫਤੀਸ਼ ਦਾ ਵਿਸ਼ਾ, ਹਲੇ ਲੰਬੀ ਗੱਲ ਹੈ ਉਹ, ਹਲੇ ਸਾਰਾ ਅਸੀਂ ਕੰਪਲੇਨਰ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਮ ਬਲਾਸਟ ਹੈਜ਼ ਹੈਪਨਡ, ਵਾਟ ਇਜ਼ ਦਾ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ। CFSL ਦੀ ਟੀਮਸ ਇੱਥੇ ਆ ਗਈਆਂ, ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ। ਇਨੀਸ਼ੀਅਲ ਇਨਵੈਸਟੀਗੇਸ਼ਨ ਮੈਂ ਕੋਈ ਅਭੀ ਤੱਕ ਕੀ ਗੱਲ ਨਿਕਲ ਕਰ ਸਾਹਮਣੇ ਆਈ ਹੋਵੇ ਇਸ ਤਰ੍ਹਾਂ ਦੀ? ਨਹੀਂ, ਇਹ ਜਿਹੜੀ ਮੈਂ ਦੱਸੀਆਂ ਜੀ ਉਹੀ ਗੱਲਾਂ ਹੈ ਸਾਰੀਆਂ। ਤੇ ਹਜੇ ਕੋਈ ਜਾਨੀ ਨੁਕਸਾਨ ਤਾਂ ਮੈਮ? ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ, ਪ੍ਰਾਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ, ਉਹ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਤੇ ਅੱਗੇ ਅਸੀਂ ਦੇਖ ਰਹੇ ਹਾਂ।